ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਦੁਗਰਾਲਾ, ਤਹਿਸੀਲ ਜ਼ਿਲ੍ਹਾ ਤਰਨ ਤਾਰਨ ਪਿੰਡ ਆ। ਅਤੇ ਵੀਰ ਹੁਣ ਗਾਵਾਂ ਦਾ ਕੰਮ ਕਰਦੇ, ਵਪਾਰ ਦਾ ਕੰਮ ਕਰਦੇ ਆ। ਦੇਖੋ ਅੱਜ ਵੀ ਦੇਖੋ 3-4 ਪਸ਼ੂ ਆ ਜੀ, ਵਿੱਚ ਚੋਕੜ ਕੱਪੜ ਵੀ ਆ। ਅਤੇ ਆਓ ਹੁਣ ਆਪਾਂ ਵੀਰ ਹੁਣ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ। ਤੁਸੀਂ ਸੁਣਾਓ, ਮੇਰਾ ਵੀ ਬਹੁਤ ਬਹੁਤ ਸਵਾਗਤ ਜੀ। ਬਾਬਾ ਟਾਈਮ ਹੋ ਗਿਆ ਕੰਮ ਕਰਦੇ ਨੂੰ? ਹਾਂਜੀ, ਕੋਈ 7-8 ਸਾਲ ਹੋ ਹੀ ਗਏ ਆਪਾਂ। ਚਲੋ ਚਲੋ, ਹਾਂਜੀ ਹਾਂਜੀ। ਤੇ ਗਾਵਾਂ ਦੇ ਕੰਮ ਕਰਦੇ ਗੱਲਾਂ? ਹਾਂਜੀ, ਗਾਵਾਂ ਮੱਝ ਵੀ ਕੋਈ ਜੇ ਵਧੀਆ ਲੱਗ ਜੇ ਮਨ ਨੂੰ ਮੱਝ ਵੀ ਲੈ ਆਈ। ਠੀਕ ਹੈ ਠੀਕ ਹੈ, ਜ਼ਿਆਦਾਤਰ ਗਾਵਾਂ ਦਾ ਹੀ ਆ। ਚਲੋ ਹਾਂਜੀ ਹਾਂਜੀ। ਤੇ ਕਿੰਨੇ ਵੀਰ ਜੀ ਸੇਲ ਆਪਣੇ ਕੋਲ? ਆਪਣੇ ਕੋਲ 3 ਆ। 3? ਹਾਂਜੀ। ਇੱਕ ਐਡਰੈਸ ਬੋਲ ਦਿਓ ਪੂਰਾ। ਇਹ ਪਿੰਡ ਦੁਗਲਾਲਾ, ਹਾਂਜੀ, ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ। ਠੀਕ ਹੈ ਹਾਂਜੀ। ਤਰਨ ਤਾਰਨ ਲਗਭਗ ਕੋਈ 6 ਕਿਲੋਮੀਟਰ ਆ, ਤੇ ਹਾਈਵੇ ਤੋਂ 3 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਆਪਣਾ। ਨਾਮ ਤੁਹਾਡਾ, ਫੋਨ ਨੰਬਰ? ਨਾ, ਮੇਰਾ ਸੋਨੂ ਆ ਜੀ। ਹਾਂਜੀ। ਮੋਬਾਈਲ ਨੰਬਰ 9150-82415 ਜੀ। ਇੱਕ ਵਾਰੀ ਫਿਰ ਬੋਲੋ, 9150-82415 ਜੀ। ਚਲੋ ਦੱਸੋ ਇਹ ਜੀ। ਇਹ ਆ ਆਪਣੀ ਨਾ ਕੋਈ 20 ਦਿਨ ਦੀ ਸੂਈ ਹੋਈ ਆ, ਬੱਚਾ ਦਾ ਬੱਚਾ ਮਗਰ। ਠੀਕ ਆ ਹਾਂਜੀ, 20 ਦਿਨ ਕੋਈ 22 ਦਿਨ ਲਾ ਲੇ। ਹਾਂਜੀ ਜੀ। ਤੇ ਬਾਕੀ ਟਾਈਮ ਨੋਟ ਕਰਾ ਦਿਓ ਭਈ, ਜੇ ਕੋਈ 12 ਦਾ ਟਾਈਮ 12 ਵਜੇ ਜੀ। ਹਾਂਜੀ, ਤੇ ਉਸ ਹਿਸਾਬ ਨਾਲ ਮੰਨਾਂ ਇਹ ਸਵੇਰ ਦੀਆਂ ਚੂਈਆਂ ਕੋਈ ਆਪਾਂ ਉਸ ਤਰ੍ਹਾਂ ਡੱਕੀਆਂ ਹੀ ਆ ਨਹੀਂ। ਕੋਈ ਗੱਲ ਨਹੀਂ ਜੀ। ਦੁੱਧ ਕਿੰਨਾ ਬਾਈ ਜੀ? ਦੁੱਧ ਇਹਦੇ ਕੋਈ 11-12 ਲੀਟਰ ਹੋਊਗਾ। ਅੱਛਾ, 11-12 ਕਿਲੋ ਹੈ। ਹਾਂਜੀ 11-12 ਕਿਲੋ। ਖੋਲੋ ਲੋ ਜੀ, 11-12 ਕਿਲੋ ਦੁੱਧ ਹੈ ਜੀ। ਤੇ ਲੋ ਦੇਖੋ, ਚੁਆਈ ਜੋ ਬਿਲਕੁਲ ਵਧੀਆ ਜੀ। ਮੈਂ ਨਾ ਓਕੇ, ਕੋਈ ਗੱਲ ਨਹੀਂ, ਕੋਈ ਕਮੀ ਪੇਸ਼ੀ ਨਹੀਂ ਹੈਗੀ। ਮੋਟੀ ਧਾਰ ਆ। ਹਾਂਜੀ, ਅਗਲੇ ਨਾਲ ਅਗਲਾ ਪ੍ਰੋਪਰ ਮਗਰ ਲੈਣਾ ਹੋਗਾ। ਠੀਕ ਹੈ ਲੋ ਜੀ, ਆ ਦੇਖੋ ਜੀ, ਵਾਹ ਸੋਹਣੀ ਸੋਹਣੀ ਬੈਠ। ਆ ਜਾਓ ਆ ਜਾਓ ਆ ਜਾਓ। ਬੱਚਾ ਨਾ ਮਗਰ ਜੀ? ਹਾਂਜੀ ਬੱਚਾ ਬੱਚਾ। ਚਲੋ ਮੁੱਲ ਸਹੀ ਰੱਖੋ ਵੀਰੇ, ਜਿਹੜਾ ਚਲੋ ਲੰਮਾ ਟਾਈਮ ਕੰਮ ਕਰੇ ਚੱਲੀ ਜਾਵੇ ਕੰਮ। ਹਾਂਜੀ, ਮੁੱਲ ਇਹਦਾ ਕਰਨ ਭਾਵੇਂ 35-36 ਜੋ ਮਰਜ਼ੀ ਕਰੀ ਜਾਈਏ। ਹਾਂਜੀ, 30,000 ਚ ਛੋਟ ਛੱਪਾ ਕਰ ਦਾਂਗੇ। ਕਿੰਨੀ ਕਰ ਦੋਗੇ? 1000 ਹੀ ਕਰ ਦਾਂਗੇ। ਚਲੋ 28,000 ਦੇ ਦੇ ਜੀ। ਚਲੋ ਠੀਕ ਹੈ ਠੀਕ ਹੈ। ਚਲੋ ਤੇ ਆਹ ਬਾਈ ਜੀ, ਇਹ ਤੋਪੜ ਕੱਢਣਿਆ 4 ਮਹੀਨੇ ਦੀ ਚੈੱਕ ਪਾਸ ਆ, ਬਾਕੀ ਸੀਲ ਸਾਹਿਬ ਮੇਰੀ ਬੜੀ ਆ। ਨਹੀਂ ਠੀਕ ਹੈ, ਕੋਈ ਨਹੀਂ ਚੱਕਰ ਹੈਗਾ ਵੀ ਕਈ ਯਾਰ ਦਿੰਦੇ ਵੀਰ ਕੋਈ ਗਰਮ ਨਾ ਹੋਵੇ। ਦੇਖੀ ਯਾਰ, ਤੇ ਇਹ ਵੀ ਪੂਰੀ ਇਹਨਾਂ ਦਾ ਤਾਂ ਚਲੋ ਪਤਾ ਹੀ ਹੈ ਇਹਦਾ ਬੰਦ ਤੋਂ ਬਣਾਇਆ ਸੀ ਭਈ। ਹਾਂਜੀ ਹਾਂਜੀ। ਦੁੱਧ ਕਿੰਨਾ ਜੀ? ਦੁੱਧ ਇਹਦੇ ਕੋ ਮੌਕੇ ਤੇ ਕੋਈ 11-12 ਲੀਟਰ ਆ। ਅੱਛਾ, ਥਣਾ ਦਾ ਵੇਖੋ ਵਿੱਤ ਵਰਲ ਕਿੰਨੀ ਆ, ਪੂਰਾ ਚਵਾਈ ਵਾਲਾ। 11 10 ਕਿਲੋ ਮੰਨੀ ਹੈ? 10 ਹੀ ਮੰਨ ਲਈ। ਪੱਕਾ ਮੰਨੀ ਹੋਊਗਾ 11-12 ਇੰਚ, ਮਤਲਬ 4 ਮਹੀਨੇ ਪੱਕਾ? 4 ਮਹੀਨੇ ਦੀ ਚੈੱਕ ਪਾਸ, ਕੋਈ ਵੀਰ ਇੱਥੇ ਚੈੱਕ ਕਰਾ ਲੇ ਹਾਂਜੀ, ਤੇ ਕਿਸੇ ਨੇ ਖੜ ਕੇ ਕਰਾਉਣੀ ਤੇ 1-2 ਦਿਨ ਦੀ ਆਪਣੀ ਗਾਰੰਟੀ ਹੋਊਗੀ। ਠੀਕ ਹੈ, ਬਾਲਾ ਲੰਮਾ ਟਾਈਮ ਨਹੀਂ ਬੰਦੇ ਨਹੀਂ। ਹਾਂ ਬਿਲਕੁਲ ਸਹੀ ਗੱਲ ਹੈ, ਬੰਦਾ ਇੱਥੋਂ ਲੈ ਕੇ ਜਾਵੇ ਚੈੱਕ ਕਰਾ ਕੇ, ਇੱਥੋਂ ਚੈੱਕ ਕਰਾ ਜੇ ਉਹਦੇ ਬੜਾ ਵਧੀਆ। ਬਿਲਕੁਲ ਜੀ, ਅਗਰ ਨਹੀਂ ਇੱਥੇ ਕਰਾਉਂਦਾ ਚਲੋ ਡਾਕਟਰ ਡੂਕਟਰ ਦਾ ਹੋ ਜਾਂਦਾ ਕਈਆਂ ਨੂੰ। ਹਾਂ ਜੀ ਹਾਂ ਜੀ ਹਾਂ ਜੀ, ਤੇ 1-2 ਦਿਨ ਦੀ ਆਪਣੀ ਗਾਰੰਟੀ ਖੋਲਿਆ ਤੇ ਬਾਲਾ ਲੰਮਾ 2 ਮਹੀਨੇ ਬਾਅਦ 9 ਮਹੀਨੇ ਬਾਅਦ। ਇਹ ਵੀ ਖੋਲੋ। ਹਾਂਜੀ ਲੋ ਜੀ, ਇਹ ਦੇਖੋ 4 ਮਹੀਨੇ ਗੱਭਣਾ, 10 ਕਿਲੋ ਤੋਂ ਮਨ ਕੇ ਲੈ ਕੇ ਜਾਇਆ ਜੇ, ਪਰ ਵੈੜ ਸੋਹਣੀ ਆ ਬਰੀਡ ਵਿੱਚ। ਬਰੀਡ ਵਿੱਚ ਬਹੁਤ ਜ਼ਿਆਦਾ। ਹਾਂਜੀ, ਇਹ 35-40 ਲੀਟਰ ਘਰ ਵਾਲਿਆਂ ਦੇ ਦੱਸਣ ਦਾ ਫਾਰਮ ਚ ਵਾਈ ਵੈੜ ਫਾਰਮ ਦਾ ਜੀ। ਹਾਂਜੀ, ਸੂਆ ਬਾਈ ਆਊਗੀ ਤੀਜਾ? ਇਹ ਦੂਜਾ ਸੂਆ ਚੱਲਣ ਡਿਆ, ਤੀਜੇ ਲਈ ਗੱਭਣ। ਤੀਜੇ ਲਈ ਗੱਭਣ, ਠੀਕ ਹੈ। ਆ ਜਾਓ ਵੀ ਜੀ, ਆ ਜਾਓ ਆ ਜਾਓ। ਬਾਕੀ ਖਾਣਾ ਵਾਣਾ ਬਹੁਤ ਵਧੀਆ ਲੱਗਾ। ਹਾਂਜੀ ਹਾਂਜੀ, ਬਹੁਤ ਵਿੱਤ ਵਰ ਲਿਆ ਖਾਣਾ ਚ। ਠੀਕ ਹੈ, ਤਿਆਰ ਹੋਈਏ? ਹਾਂਜੀ ਤਿਆਰ ਹੋਈਏ, ਹੋ ਲੱਖ ਸਵਾ ਲੱਖ ਦੀ ਆ। ਬਿਲਕੁਲ ਨਹੀਂ, ਬੈਠ ਸੋਣੀ ਹੈ ਜੀ, ਨਸਲਾ ਬੈਠ ਤੇ। ਹਾਂਜੀ ਵੀਰ ਜੀ, ਬਿਲਕੁਲ ਜੈ ਜੀ, ਆਪਾਂ ਰੱਖ ਬਹੁਤ ਬੈ ਜੈ ਜੀ। ਮੁੱਲ ਕਰ ਨੂੰ ਭਾਵੇਂ 40-45 ਜੋ ਮਰਜ਼ੀ ਕਰੀ ਜਾਈਏ, ਇਹ ਵੀ ਦੇ ਦਾਂਗੇ 35,000 ਰੁਪਏ ਦੀ। ਇਹ ਕਿੰਨੇ ਦੀ? ਇਹ 24,000 ਛੋਟ ਕਰ ਦਾਂਗੇ, 34 ਦੀ ਦੇ ਦਾਂਗੇ। ਚਲੋ 32 ਦੀ ਜਾਂ, 32 ਦੀ ਜ਼ਿਆਦਾ ਹੋ ਜਾਂ। ਚਲੋ ਠੀਕ ਹੈ, ਨਵੇਂ ਡੋਗਾ ਕੋਈ ਹੁਣ ਫਿਰ ਛੋਟ ਹੀ ਹੋਣੀ, ਛੋਟ ਹੀ ਕਰ 200। ਹਾਂਜੀ ਹਾਂਜੀ, ਚਲ ਇਹ ਦੱਸੋ ਜੀ,
ਇਹ ਤੋਕੜ ਆ ਜੀ, ਇਹਦੇ ਕੋਲ ਦੁੱਧ ਕੋਈ 9 ਲੀਟਰ ਹੋਊਗਾ, 8 ਹੀ ਮੰਨੇ ਕੋਈ ਵੀਰ, ਇਹ ਸਭ ਇਹ ਵੀ ਪੂਰੀ ਆ ਤੇ ਬਾਕੀ ਥਾਨ ਵੇਖਣ ਨੂੰ ਛੋਟਾ ਲੱਗਦਾ ਪਰ ਫਸਮਾ ਕੇ ਪੂਰਾ ਕਰ ਜਾਂਦੀ। ਇਹ ਵੀ ਖੋਲੋ, ਲੋ ਜੀ ਇਕੱਲੀ ਤੋਕੜ ਹੈ ਜੀ ਇਹ। ਇਹ ਹੁਣ ਪਤਾ ਨੀ ਕਿੰਨੇ ਟਾਈਮ ਹੋ ਗਿਆ ਤੁਸੀਂ, 2 ਮਹੀਨੇ ਹੋ ਗਏ, 3 ਮਹੀਨੇ, 6 ਮਹੀਨੇ, ਹਨਾ ਜੀ? ਹਾਂਜੀ ਹਾਂਜੀ। ਬਾਕੀ ਚਵਾਈ ਚੂਈ ਦੀ ਆਪਣੀ ਫੁੱਲ ਗਰੰਟੀ ਆ, ਐ ਫੁੱਲੀ ਆਪਣੇ ਆਪ ਹੀ ਤੁਰੀ ਆਉਂਦੀ ਜਦੋਂ ਪਸੰਦ ਆਉਂਦੀ ਆ। ਹੋਰ ਇਹਨੂੰ ਵੀ ਬਾਕੀ ਨਵੀਂ ਵੈੜੀ ਆ ਜਾਓ ਜੀ, ਆ ਜਾਓ ਆ ਜਾਓ। ਹਾਂਜੀ ਬਾਈ ਜੀ, ਫਿਰ ਇਹਦਾ ਮੁੱਲ 22,000 ਰੁਪਇਆ। ਹਾਂਜੀ ਬਿਲਕੁਲ ਦੇਣਾ, ਇਹ ਚੋ ਵੀ ਚਲੋ 1,000 ਛੱਡ ਦਾਂਗੇ। 20,000 ਚਲੋ ਕੋਈ ਨੀ, 20 ਨਹੀਂ, 1,000 ਹੋ ਛੱਡ ਦੋ, 19,000 98,50,84,15